ਬਾਹਰ ਹੀ ਮੈਂ ਜੀ ਦਿੱਲੀ ਦਿੱਲੀ ਬੈਠਾ ਅੱਜ ਕੱਲ੍ਹ ਭਾਅ ਜੀ ਕੀ ਨਾਂ ਜੀ ਆਪਣਾ ਤੁਸੀਂ ਕੀ ਲੈਣਾ ਅਸੀਂ ਲੈਣਾ ਤੁਸੀਂ ਸਿੱਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗ੍ਰੰਥ ਸਾਹਿਬ ਖੁੱਲ੍ਹੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪੱਗ ਸਿਰ 'ਤੇ ਰੱਖ ਕੇ ਦਾੜੀ ਰੱਖ ਕੇ ਮੀਡੀਆ ਹਾਂਜੀ ਤੁਸੀਂ ਸਿੱਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਸਰੇਆਮ ਤੂੰ ਕੀ ਲੈਣਾ ਮੈਂ ਲੈ ਰਿਹਾ ਮੈਂ ਸਿੱਖ ਹਾਂ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਹੋਰ ਨਾ ਕਦੇ ਲੋਕਾਂ ਨੂੰ ਡਰਾਇਆ ਕਰੋ ਕੀ ਕਹਿਣਾ ਚਾਹੋਗੇ ਤੂੰ ਮੇਰੇ ਤੋਂ ਕੋਈ ਹੋਰ ਨਾ ਥੋੜ੍ਹੀ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਗਾਹਾਂ ਡੀਸੀ ਲੱਗਿਆ ਤੇਰੇ ਇੱਥੇ ਪੱਗ ਜੀ ਖਿਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਭਿੰਡਰਾਂ ਵਾਲਾ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਤੇ ਬਹਿ ਕੇ ਸਭ ਦੇ ਵਿੱਚ ਸ਼ਰਮ ਕਰੋ ਆਪਣੇ ਆਪ ਨੂੰ ਬੰਦਿਆਂ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਯਾਰ ਥੋੜੇ ਕੋਲ ਕੀ ਅਸੀਂ ਬੇਸ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਹੈ ਲੋਕਾਂ ਨੇ ਦੇਖਣੀ ਹੈ ਦੇਖੀ ਜਾਂਦੇ ਫਿਰ ਅਸੀਂ ਤਾਂ ਲੋਕਾਂ 'ਚ ਫਿਰਦੇ ਹਾਂ ਸਾਰਾ ਦਿਨ ਮੈਂ ਤੁਹਾਨੂੰ ਇਹ ਪੁੱਛਿਆ ਤੁਹਾਡੀ ਇਲੈਕਸ਼ਨ ਡਿਊਟੀ ਹੈ ਇੱਥੇ ਮੇਰੀ ਕੋਈ ਡਿਊਟੀ ਨਹੀਂ ਹੈ ਨਹੀਂ ਇੱਥੇ ਕੀ ਕਰਨ ਆਇਆ ਤੁਸੀਂ ਆ ਜਾਓ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਇਹਨੂੰ ਮਿਲਣ ਵਾਸਤੇ ਆ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਵੀ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬਹਿ ਕੇ ਸਭ ਦੇ ਵਿੱਚ ਸਾਰਵਜਨਿਕ ਸਥਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਤੁਸੀਂ ਬਾਥਰੂਮ ਦੇ ਕੋਲ ਬੈਠੇ ਨਹੀਂ ਬਾਥਰੂਮ ਕਿੱਥੇ ਬੈਠੇ ਹੋ ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਉਹਦੇ ਵਿੱਚ ਬਹਿ ਕੇ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹੇ ਜੋ ਮਰਜ਼ੀ ਕਹੀ ਜਾ ਬੀੜੀ ਪੀ ਤੇ ਪਲਾਈ ਆ ਤੂੰ ਜੋ ਮਰਜ਼ੀ ਪਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਚਲੋ ਆਪਣਾ ਸਿਸਟਮ ਆ ਠੀਕ ਬਾਹਰ ਹੀ ਮੈਂ ਜੀ ਦਿੱਲੀ ਦਿੱਲੀ ਬੈਠਾ ਅੱਜ ਕੱਲ੍ਹ ਭਾਅ ਜੀ ਕੀ ਨਾਂ ਜੀ ਆਪਣਾ ਤੁਸੀਂ ਕੀ ਲੈਣਾ ਅਸੀਂ ਲੈਣਾ ਤੁਸੀਂ ਸਿੱਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗ੍ਰੰਥ ਸਾਹਿਬ ਖੁੱਲ੍ਹੀ ਬੈਠਾ ਅੱਛਾ ਤਾਂ ਮਤਲਬ ਬੀੜੀ ਪੀਓਗੇ ਤੁਸੀਂ ਪੱਗ ਸਿਰ 'ਤੇ ਰੱਖ ਕੇ ਦਾੜੀ ਰੱਖ ਕੇ ਮੀਡੀਆ ਹਾਂਜੀ ਤੁਸੀਂ ਸਿੱਖ ਹੋ ਕੇ ਤੁਸੀਂ ਬੀੜੀ ਪੀ ਰਹੇ ਹੋ ਸਰੇਆਮ ਤੂੰ ਕੀ ਲੈਣਾ ਮੈਂ ਲੈ ਰਿਹਾ ਮੈਂ ਸਿੱਖ ਹਾਂ ਮੈਂ ਮੈਨੂੰ ਬੁਰਾ ਲੱਗਿਆ
ਜਾ ਕੇ ਆਪਣਾ ਕੰਮ ਕਰ। ਮੈਂ ਕੰਮ ਹੀ ਕਰ ਰਿਹਾ ਆਪਣਾ, ਹੋਰ ਨਾ ਕਿਤੇ ਲੋਕਾਂ ਨੂੰ ਡਰਾਇਆ ਕਰੋ। ਕੀ ਕਹਿਣਾ ਚਾਹੋਗੇ ਤੂੰ ਮੇਰੇ ਤੋਂ? ਹੋਰ ਨਾਲ ਹੁਣ ਨਹੀਂ ਕਹਿੰਦਾ, ਕੀ ਕਹਿਣਾ ਚਾਹੂੰਗਾ? ਤੂੰ ਗਾਹਾਂ ਡੀਸੀ ਲੱਗਿਆ ਤੇਰੇ ਇੱਥੇ ਪੱਗ ਜੀ ਖਿਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਭਿੰਡਰਾਂ ਵਾਲਾ। ਤੁਸੀਂ ਬੀੜੀ ਪੀ ਰਹੇ ਹੋ, ਸਰਦਾਰ ਹੋ ਗਿਆ, ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਤੇ ਬਹਿ ਕੇ ਸਭ ਦੇ ਵਿੱਚ? ਸ਼ਰਮ ਕਰੋ ਆਪਣੇ ਆਪ ਨੂੰ, ਬੰਦਿਆਂ ਵਾਲੀ ਤੁਸੀਂ ਗੱਲ ਕਰੋ, ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਲੱਛਣ ਟੁੱਟੀ ਲੱਗੀ ਤਾਂ ਯਾਰ ਥੋੜੇ ਕੋਲ ਕੀ ਅਸੀਂ ਬੈਠ ਨਹੀਂ ਬੈਠ ਸਕਦੇ? ਕੀ ਮੈਂ ਕੀ ਕਰਾਂ ਇਹਨੂੰ? ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ, ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ, ਉਹ ਲੋਕਾਂ ਨੂੰ ਦੇਖਣੀ ਆ, ਲੋਕਾਂ ਨੇ ਦੇਖਣੀ ਹੈ, ਦੇਖੀ ਜਾਂਦੇ ਫਿਰ ਅਸੀਂ ਤਾਂ ਲੋਕਾਂ 'ਚ ਫਿਰਦੇ ਹਾਂ ਸਾਰਾ ਦਿਨ। ਮੈਂ ਤੁਹਾਨੂੰ ਇਹ ਪੁੱਛਿਆ ਤੁਹਾਡੀ ਲੱਛਣ ਡਿਊਟੀ ਇੱਥੇ? ਮੇਰੀ ਕੋਈ ਡਿਊਟੀ ਨਹੀਂ ਹੈ। ਨਹੀਂ ਇੱਥੇ ਕੀ ਕਰਨ ਆਇਆ ਤੁਸੀਂ? ਆਜੇ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਇਆ। ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਵੀ? ਨਹੀਂ ਪ੍ਰੋਬਲਮ ਹੈ ਸਾਨੂੰ ਕੀ? ਤੁਹਾਨੂੰ ਕੀ? ਤੁਸੀਂ ਬੀੜੀ ਪੀ ਰਹੇ ਹੋ ਬਹਿ ਕੇ ਸਭ ਦੇ ਵਿੱਚ, ਸਾਰਵਜਨਿਕ ਸਥਲ ਤੇ, ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਤੁਸੀਂ ਬਾਥਰੂਮ ਦੇ ਕੋਲ ਬੈਠੇ? ਨਹੀਂ ਬਾਥਰੂਮ ਕਿੱਥੇ ਬੈਠੇ ਹੋ ਤੁਸੀਂ? ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਉਹਦੇ ਵਿੱਚ ਬਹਿ ਕੇ ਕਹਿਣ ਦਾ ਕੀ ਆ? ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ? ਤੂੰ ਚਾਹੇ ਜੋ ਮਰਜ਼ੀ ਕਹੀ ਜਾ, ਬੀੜੀ ਪੀਤੀ ਪਿਲਾਈ ਆ ਤੂੰ, ਜੋ ਮਰਜ਼ੀ ਪਿਲਾਈ ਜਾ ਲੋਕਾਂ ਨੂੰ, ਮੈਂ ਕੀ ਲੈਣਾ? ਚਲੋ ਆਪਣਾ ਸਿਸਟਮ ਆ, ਠੀਕ।